सरकार समझ ली है, सीरीयस है, ऐसे पॉजिटिव सोच ली है भी हाँ असं पंजाब नूं रंगला बनाउणा, पहला वर्गा पंजाब बनाउणा, इह जहरां दे विचों कढ़णा, पाणी दी थोड़ पूरी करनी है, बिजली दे संकट नूं दूर करना, फिर तां जे डाइवर्सिफिकेशन दी गल करदे आ, फिर तां उहनां नूं इह सहूल रिस्की भत्ते वगैरह इकोनमी दा प्रबंध घाटे वाधे झलणे पैणगे, फिर तां इह देणे पैणगे उहनां नूं सरकार नूं। सरकार ये गल करे जिहड़ियां मैं 23 फसलों की गल करदा, चौणी दीआं फसलां ते तेजे MSP ते सरकारी खरीद का ग्रंट करे, गरंटी करे, तां कि जिहड़ी झोने दीआं जिहड़ियां किस्मां असीं गेतियां बीजदे आं इहदी जगह ते पछेतियां कि फसलां हो जाण जां दूजियां फसलां तों इह घाटा पूरा हुंदा होवे। पिंड का पानी जिहड़ा बिना कैमिकलों तों बिना खादों तों बरसाती पानी कोठियां तों नालियां तों आउंदा, उहनूं टोबियां च सिट के रीचार्ज करन दे वास्ते असीं दा इक नमूने दे तौर ते सरकार नूं इधर इक उपराला करांगे। सत श्री अकाल जी, मैं हरदीप कौर विरक ते तुसीं देख रहे हो चढ़दी कला टाइम TV चैनल पंजाब। गल करिए पंजाब दी तां पंजाब खेती प्रधान सूबा है, पर जेकर गल करिए समय समय ते तां पंजाब दे उत्ते जिथे खेती संकट लगातार महराउंदा रहा ते उत्थे लगातार पंजाब दे किसानां वल्लों वी लगातार सरकार दे नाल मिल के कम करन दी ते उहनां तों MSP दी वख-वख फसलां दे उत्ते मंग कीती गई। अज गल करांगे भारतीय किसान यूनियन दे प्रधान उग्राह साहब इस समय मेरे नाल हाजिर ने। हालांकि जेकर गल करिए बीते 17 अप्रैल दी तां सरकार दे नाल इक मीटिंग हुई, उस तों बाद उग्राह साहब ने बाहर आके कहा कि बहुत ही वधिया माहौल दे विच मीटिंग हुई, लेकिन उस दे बावजूद अज फिर एक प्रेस कॉन्फ्रेंस करनी पै गई। कारण जाणांगे सर की ਕਰਨੇ ਆ ਕਿ ਦੁਬਾਰਾ ਪ੍ਰੈਸ ਕਾਨਫਰੰਸ ਕਰਨੀ ਪੈ ਗਈ? ਦੇਖੋ, ਅਸੀਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕਰਕੇ ਗਏ ਸੀ, ਅਸੀਂ ਸਰਕਾਰ ਨੂੰ ਲਿਖਤੀ ਭੇਜਿਆ ਸੀ, ਉਹ ਲਿਖਤੀ ਚਿੱਠੀ ਜਿਹੜੀ ਤਾਂ ਸਾਨੂੰ ਉਹਨਾਂ ਨੇ ਡਾਇਵਰਸੀਫਿਕੇਸ਼ਨ ਵਾਸਤੇ ਕਿਹਾ ਸੀ, ਪਾਣੀ ਦੀ ਸਮੱਸਿਆ ਦਾ ਹੱਲ ਕੱਢਣ ਵਾਸਤੇ, ਬਿਜਲੀ ਸੰਕਟ ਨੂੰ ਹੱਲ ਸੋਲਵ ਕਰਨ ਵਾਸਤੇ, ਉਹ ਅਸੀਂ ਲਿਖਤੀ ਪ੍ਰਪੋਜ਼ਲ ਸਰਕਾਰ ਕੋਲੇ ਭੇਜ ਜੀ, ਅਤੇ ਸਰਕਾਰ ਨਾਲ ਸਾਡਾ ਇਹ ਸੀ ਵੀ ਤੁਸੀਂ ਇੱਥੇ ਸਾਡੇ ਰਸਤੇ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰੋ, ਜਿਹੜੀਆਂ ਕੁਛ ਗੱਲਾਂ ਅਸੀਂ ਆਪਣੀਆਂ ਕਹਿਣੀਆਂ ਨੇ ਉਹਨਾਂ ਨੂੰ, ਚਲੋ ਸਰਕਾਰ ਨੇ ਸਾਨੂੰ ਡੇਟ ਨਹੀਂ ਦਿੱਤੀ, ਇਸ ਕਰਕੇ ਅਸੀਂ ਸਰਕਾਰ ਤੱਕ ਤੁਹਾਡੇ ਜ਼ਰੀਏ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਤੱਕ ਆਪਣੀ ਪੋਜੀਸ਼ਨ ਸਾਫ਼ ਕੀਤੀ ਹੈ, ਉਹ ਪੋਜੀਸ਼ਨ ਅਸੀਂ ਤੁਹਾਡੇ ਸਾਹਮਣੇ ਵੀ ਰੱਖ ਦਿੱਤੀ ਹੋਰਾਂ ਚੱਲ। ਅਤੇ ਇਹਦੇ ਨਾਲ ਹੀ ਗੱਲ ਕੀਤੀ ਜਾਵੇ ਸਰ, ਤੁਸੀਂ ਅੱਜ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ 23 ਸਾਉਣੀ ਦੀਆਂ ਫਸਲਾਂ ਦੇ ਸੰਬੰਧੀ ਗੱਲ ਕੀਤੀ ਹੈ ਅਤੇ ਉਹਦੇ 'ਤੇ ਮੈਂ MSP ਦੀ ਗੱਲ ਕੀਤੀ ਹੈ, ਤੁਹਾਨੂੰ ਲੱਗਦਾ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਸਰਕਾਰ ਦੇ ਜਾਂ ਪੰਜਾਬ ਦੇ ਹਾਲਾਤ ਨੇ ਕਿ 23 ਫਸਲਾਂ ਦੇ ਉੱਤੇ MSP ਦਿੱਤੀ ਜਾਵੇ? ਦੇਖੀਏ, ਮੈਂ ਉਸ ਸਰਕਾਰ ਨੇ ਦੇਖਣਾ ਹੁੰਦਾ ਵੀ ਉਹਦੀ ਇਕੋਨਮੀ ਦਾ ਕੀ ਹਾਲਤ ਹੈ, ਉਹ ਉਹਨਾਂ ਦੇ ਖਜ਼ਾਨੇ ਦੀ ਕੀ ਹਾਲਤ ਹੈ, ਜੇ ਕਿੰਨਾ ਕੁ ਕੁਛ ਉਹ ਕਰ ਸਕਦੇ ਨੇ, ਕਿੰਨਾ ਕੁ ਨਹੀਂ ਕਰ ਸਕਦੇ, ਜਿੰਨਾ ਕੁ ਕਰ ਸਕਦੇ ਨੇ ਪੋਜ਼ਿਟਿਵ ਸੋਚਣ, ਉਹ ਅੱਜ ਤੱਕ ਕਿਸੇ ਸਰਕਾਰ ਨੇ, ਜੇ ਸਰਕਾਰ ਸਮਝਦੀ ਹੈ ਸੀਰੀਅਸ ਹੈ, ਇਸੇ ਪੋਜ਼ਿਟਿਵ ਸੋਚਦੀ ਹੈ ਵੀ ਹਾਂ ਅਸੀਂ ਪੰਜਾਬ ਨੂੰ ਰੰਗਲਾ ਬਣਾਉਣਾ, ਪਹਿਲਾਂ ਵਰਗਾ ਪੰਜਾਬ ਬਣਾਉਣਾ, ਇਹ ਜਹਿਰਾਂ ਦੇ ਵਿੱਚੋਂ ਕੱਢਣਾ, ਪਾਣੀ ਦੀ ਥੋੜ ਪੂਰੀ ਕਰਨੀ ਹੈ, ਬਿਜਲੀ ਦੇ ਸੰਕਟ ਨੂੰ ਦੂਰ ਕਰਨਾ, ਫਿਰ ਤਾਂ ਜੇ ਡਾਇਵਰਸੀਫਿਕੇਸ਼ਨ ਦੀ ਗੱਲ ਕਰਦੇ ਆ, ਫਿਰ ਤਾਂ ਉਹਨਾਂ ਨੂੰ ਇਹ ਸਹੂਲ ਰਿਸਕੀ ਭੱਤੇ ਵਗੈਰਾ ਇਕੋਨਮੀ ਦਾ ਪ੍ਰਬੰਧ ਘਾਟੇ ਵਾਧੇ ਝੱਲਣੇ ਪੈਣਗੇ, ਫਿਰ ਤਾਂ ਇਹ ਦੇਣੇ ਪੈਣਗੇ ਉਹਨਾਂ ਨੂੰ ਸਰਕਾਰ ਨੂੰ। ਸਰਕਾਰ ਇਹ ਗੱਲ ਕਰੇ ਜਿਹੜੀਆਂ ਮੈਂ 23 ਫਸਲਾਂ ਦੀ ਗੱਲ ਕਰਦਾ, ਚੋਣ ਦੀਆਂ ਫਸਲਾਂ ਤੇ MSP ਤੇ ਸਰਕਾਰੀ ਖਰੀਦ ਦਾ ਗਰੰਟ ਕਰੇ, ਗਰੰਟੀ ਕਰੇ, ਤਾਂ ਕਿ ਜਿਹੜੀ ਝੋਨੇ ਦੀਆਂ ਜਿਹੜੀਆਂ ਕਿਸਮਾਂ ਅਸੀਂ ਗੇਤੀਆਂ ਬੀਜਦੇ ਹਾਂ ਇਹਦੀ ਜਗ੍ਹਾ ਤੇ ਪਛੇਤੀਆਂ ਕਿ ਫਸਲਾਂ ਹੋ ਜਾਣ ਜਾਂ ਦੂਜੀਆਂ ਫਸਲਾਂ ਤੋਂ ਇਹ ਘਾਟਾ ਪੂਰਾ ਹੁੰਦਾ ਹੋਵੇ। ਕਿਸਾਨਾਂ ਨੂੰ ਤਾਂ ਹੁਣ ਆਰਥਿਕ ਤੰਗੀ ਆ, ਉਹਨਾਂ ਨੂੰ ਤਾਂ ਆਮਦਨ ਨਾਲ ਹੈ, ਉਹਨਾਂ ਦੀ ਜੇ ਦੂਜੀਆਂ ਫਸਲਾਂ ਦੀ ਆਮਦਨ ਝੋਨੇ 'ਚ ਨਹੀਂ ਦਿੰਦੀਆਂ ਨੇ, ਫਿਰ ਮੈਨੂੰ ਲੱਗਦਾ ਵੀ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ, ਕਿਸਾਨ ਤਾਂ ਝੋਨੇ ਤੋਂ ਖੜਾ ਛੱਡਣਾ ਚਾਹੁੰਦੇ ਨੇ, ਇਹ ਤਾਂ ਮਜ਼ਬੂਰੀ ਬਸ ਉਹਨਾਂ ਨੂੰ ਝੋਨਾ ਬੀਜਣਾ ਪੈ ਰਿਹਾ। ਪਹਿਲਾਂ ਹੀ ਡਿਲੀਵਰੀ 200-170 ਫੁੱਟ 'ਤੇ ਗਈ ਹੋਈ ਹੈ, ਪਾਣੀ 100 ਫੁੱਟ ਦੇ ਉੱਤੇ ਡੂੰਘੇ 'ਚ ਚਲੇ ਗਿਆ, ਵੱਡੀਆਂ ਮੋਟਰਾਂ ਪਾਉਣੀਆਂ ਪੈ ਰਹੀਆਂ ਨੇ, ਬਹੁਤ ਸੰਕਟ ਨਾਲ ਪਾਲੀ ਜਾਂਦੇ ਨੇ ਝੋਨਾ, ਝੋਨੇ 'ਚੋਂ ਕਿਸਾਨ ਵੀ ਨਿਕਲਣਾ ਚਾਹੁੰਦੇ ਨੇ, ਜੇ ਸਰਕਾਰ ਇੱਧਰੋਂ ਕੱਢਣਾ ਚਾਹੁੰਦੀ ਹੈ ਤਾਂ ਕਿਸਾਨ ਤਾਂ ਤਿਆਰ ਨੇ, ਅਸੀਂ ਸਹਿਯੋਗ ਕਰਾਂਗੇ। ਤੁਸੀਂ ਗੱਲ ਕੀਤੀ ਕਿ ਜਿਹੜੇ 4 ਜ਼ੋਨਾਂ ਦੇ ਵਿੱਚ ਜਿਵੇਂ ਸਰਕਾਰ ਦੇ ਵੱਲੋਂ ਵੰਡ ਦਿੱਤਾ ਗਿਆ, ਇਹਦੇ ਵਿੱਚ ਜੇਕਰ ਗੱਲ ਕਰੀਏ ਕਿਸਾਨਾਂ ਦੀ, ਤਾਂ ਕਿਸਾਨਾਂ ਨੂੰ ਕਿੰਨਾ ਕੁ ਇਹਦਾ ਜਿਹੜਾ ਨੁਕਸਾਨ ਝੱਲਣਾ ਪੈ ਰਿਹਾ? ਇਹਦੇ ਨੁਕਸਾਨ ਤਾਂ ਮੈਡਮ ਉਹ ਤਾਂ ਇਹ ਹੈ ਵੀ ਜਿਹੜੀ ਹੁਣ 18 ਤਰੀਕ ਰੱਖੀ ਹੈ, ਇਹ ਜਿਹੜੇ ਖੇਤਰ ਦੀ, ਮਾਲਵੇ ਦੇ ਖੇਤਰ ਦੀ, ਜਿੱਥੇ ਪੂਸਾ 44 ਲੱਗਦੀ ਹੈ, ਪੂਸਾ 44 ਵਾਸਤੇ 18 ਜਿਹੜੀ ਲੇਟ ਹੈ, ਇਸ ਕਰਕੇ 10 ਤੇ ਲੈ ਕੇ ਆਵੇ ਸਰਕਾਰ ਉਹ, ਤਾਂ ਕਿ ਉਹ 120-125 ਦਿਨਾਂ 'ਚ ਪੱਕਦੇ, ਜਦੋਂ ਪੱਕਣ ਦਾ ਸਮਾਂ ਉਦੋਂ ਠੰਡ ਉਤਰਦੀ ਹੈ, ਫਿਰ ਉਹਦੀ ਜਿਹੜੀ ਸੇਲ ਨਹੀਂ ਜਾਂਦੀ, ਉਹ ਸੇਲ ਨਹੀਂ ਜਾਂਦੀ ਤਾਂ ਫਿਰ ਵਿਕਦੀ ਨਹੀਂ, ਜਦੋਂ ਵਿਕਦੀ ਨਹੀਂ ਫਿਰ ਉਹ ਸੈਲਰ ਮਾਲਕ ਉਹ 'ਤੇ ਕੱਟ ਲਾਉਂਦੇ ਨੇ, ਕਿਸਾਨ ਨੂੰ ਘਾਟਾ ਪੈਂਦਾ, ਉਧਰੋਂ ਪਰਾਲੀ ਦੇ ਵਿੱਚੋਂ ਸੇਲ ਨਹੀਂ ਜਾਂਦੀ, ਉਹ ਜਦੋਂ ਫੂਕਦੇ ਨੇ ਉਹਦਾ ਧੂੰਆਂ ਵੱਧ ਹੁੰਦਾ, ਗਾਂਹ ਕਣਕ ਲੇਟ ਹੁੰਦੀ ਹੈ, ਕਣਕ ਦੇ ਝਾੜ ਘੱਟਦਾ, ਇਸ ਕਰਕੇ ਕਿਸਾਨਾਂ ਨੂੰ ਘਾਟਾ ਪੈਂਦਾ, ਇਸ ਕਰਕੇ ਸਰਕਾਰ ਉਹਦੇ ਮੁੜ ਗੌਰ ਕਰੇ, ਅਸੀਂ ਇਹ ਗੱਲ ਰੱਖੀ ਹੈ। ਦੂਜੀਆਂ ਜਿਹੜੀਆਂ ਜੋਨਾਂ ਦੇ ਵਿੱਚ ਹੈ, ਉਹ ਸਰਕਾਰ ਦੂਜੀਆਂ ਜਥੇਬੰਦੀਆਂ ਨਾਲ ਬਿਠਾ ਕੇ ਗੱਲ ਕਰੇ, ਕਿੱਥੇ ਕਿੱਥੇ ਕੀ ਸਮੱਸਿਆ, ਮਾਝੇ ਦੇ ਵਿੱਚ ਕੀ ਸਮੱਸਿਆ, ਉਹਨਾਂ ਨੂੰ ਕਨਵੈਂਸ ਕਰਾ ਕੇ ਉਹ ਲਾਗੂ ਕਰੇ। ਇਹ ਇੰਨੇ ਧੁੰਦੇ ਜੀ ਵੀ ਸਰਕਾਰ ਨੇ ਹੁਕਮ ਸੁਣਾ ਤਾ ਜਿਹਨੂੰ ਇੰਪਲੀਮੈਂਟ ਕਰ ਦੇਣਗੇ ਲੋਕ, ਕਿਸਾਨ ਜਥੇਬੰਦੀਆਂ ਦੇ ਨਾਲ ਸਹਿਮਤੀ ਬਣਾ ਕੇ ਕਿਸਾਨਾਂ ਦੇ ਵਿੱਚ ਅਪੀਲ ਕਰੇ।
आखिरी सवाल, जो 17 तरीक नी मीटिंग होंगी है तो मीटिंग मुख तौर पर जो गल्ला रखी जाए जो सुझाव दिए जाते हैं उन्होंने केड़ी गल जी मन ली गई है तो केड़ी जी तुम हले भी समझते हो सरकार उस असफल रही है तो कितने ना कि अपने वादिया तो जी मुकरती हुई नजर आ रही है। मनी तो सरकार ने जी है सीधी बिजाई की 1500 रुपये का ऐलान किया जो घट है अभी 10,000 घटो घट कहने भी ये होना चाहिए तो जी मूंगी की क्या भी MSP देवे वो रकम का राशि का ऐलान नहीं किया। बासपति की खरीद करा पर MSP किन्नी देने किन्नी की खरीद करे किन्नी खरीद सकते हैं किन्ना कोटा कह सकते सरकार साफ साफ कर किसानों भी भाई इन्ने लख हैक्टेयर जो झोना बीजोगे वो इन्हें खरीदा तो घट्टो घट्ट किसानों भी साफ हो भी इन्हें तो सरकार ने इस रेट से खरीद लेना जी इस गलों उनका ऐलान करे सरकार फिर तुसी अज पानी की भरपाई के बारे भी गल की है जी पानी की भरपाई की तुसी गल की है तुसी आप किस तरीके दे नाल काम करोगे तो सरकार नू किस तरीके की अपील करते हो कि पानी की भरपाई लई ये जिहड़े कदम ने चुकने लाजमी ने। असी तो ये भी पानी की भरपाई क्योंकि पानी की पद्धर हेठा जा रही है पानी बचाना भी है तो पानी बरसाती पानी नाल पानी की भरपाई भी की जा रही है वह एक नमूने वजो असी 12 जिले 12 पिंड असी छप्पड़ का पानी कढ़ के वह खोद के उन्होंने रीचार्जिंग का जो पिंड का पानी जो बिना कैमिकलों तो बिना खादा तो बरसाती पानी कोठियां तो नालियां तो आता है वह टोबिया सिट के रीचार्ज करने के वास्ते असं एक नमूने के तौर पर सरकार इधर एक उपराला करा क्योंकि असं शुरू कर रहे हैं तो सरकार के कोल बड़ा प्रोजेक्ट है उन्होंने कोई इकोनमी का प्रबंध है वो बड़े प्रोजेक्ट कर सकती है असं तो इधर एक रवायत तोड़न की खातर असं इधर एक कदम चक। सो इस जुगविंदर सिंह और राहा जी जिन्होंने साफ तौर पर कहा कि पानी की भरपाई लिए जिते अज की प्रेस कॉन्फ्रेंस रखी गई है उतें ही सरकार को कुछ सुझाव दिए गए हैं जिसके चलते हुए जो खेती संकट किसानों के उत्ते चलता आ रहा है उस किसानों बाहर कढ़िया जा सकता है तो खुशहाल किया जा सकता है देखना यह होगा कि पंजाब सरकार के वलों हुण मुड़ तो किसानों के नाल जी है मीटिंग रखी जाती है ज इस जी देरी लगातार होंगी जाएगी। कैमरामैन यशविंदर के नाम मैं हरदीप कौर विर्क चढ़दी कला टाइम TV के लिए चंडीगढ़।